ਸ਼ਰੀਆ ਕਾਲ ਦੋਸਤੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਤਾਂ ਦੋਸਤੋ ਅੱਜ ਅਸੀਂ ਤੁਹਾਡੇ ਵਾਸਤੇ ਲੁਧਿਆਣੇ ਦਾ ਇੱਕ ਨਵਾਂ ਬਾਜ਼ਾਰ ਲੈ ਕੇ ਆ ਚੁੱਕੇ ਆ ਜੀ ਅਸੀਂ ਤੁਹਾਨੂੰ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਹਾਨੂੰ ਲੁਧਿਆਣੇ ਦੇ ਅਸੀਂ ਹੋਲ ਸੇਲ ਮਾਰਕੀਟਸ ਬਾਰੇ ਦੱਸਦੇ ਰਹੀਏ ਤਾਂ ਕਿ ਤੁਹਾਨੂੰ ਲੁਧਿਆਣੇ ਵਿੱਚ ਆ ਕੇ ਕੋਈ ਵੀ ਅਗਰ ਤੁਸੀਂ ਸਮਾਨ ਖਰੀਦੋ ਤਾਂ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਜੀ ਤਾਂ ਅਸੀਂ ਅੱਜ ਤੁਹਾਨੂੰ ਜੀ ਮੋਜਪੁਰਾ ਬਾਜ਼ਾਰ ਲੁਧਿਆਣੇ ਦਾ ਦੱਸਾਂਗੇ ਜੋ ਕਿ ਉਨ ਦਾ ਬਾਜ਼ਾਰ ਹੈ ਬਹੁਤ ਸਸਤਾ ਮਾਰਕੀਟ ਹੈ ਤੇ ਬਿਲਕੁਲ ਅਸੀਂ ਸੁਵਾਨੀ ਬਿਲਡਿੰਗ ਚੌਂਕ ਵਿੱਚ ਕਈ ਮੈਨੂੰ ਕਮੈਂਟਸ ਆ ਰਹੇ ਸੀਗੇ ਕਿ ਮੈਡਮ ਪਾشم ਕਿੱਥੋਂ ਮਿਲਦੀ ਹੈ ਜੀ ਆ ਦੇਖੋ ਬਿਲਕੁਲ ਸੁਵਾਨੀ ਬਿਲਡਿੰਗ ਚੌਂਕ ਵਿੱਚ ਆ ਉਨ ਦੀਆਂ ਥੋੜੀਆਂ ਜੀਆਂ ਦੁਕਾਨਾਂ ਐ ਇੱਥੇ ਜੀ ਉਨ ਤੁਹਾਨੂੰ ਬਹੁਤ ਸਸਤੇ ਪ੍ਰਾਈਸ ਵਿੱਚ ਮਿਲ ਜਾਂਦੀ ਹੈ ਇੱਥੇ ਤੁਸੀਂ ਇੱਕ ਵਾਰ ਅਗਰ ਆਓਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਖੁਦ ਰੇਟ ਤੇ ਹੁਣ ਸੀਜ਼ਨ ਆਫ ਵਿੱਚ ਫਰਵਰੀ ਵਿੱਚ ਤਾਂ ਇੱਥੇ ਕੋਟੀਆਂ ਦੀ ਬਹੁਤ ਜ਼ਿਆਦਾ ਸੇਲਾ ਲੱਗੀਆਂ ਹੁੰਦੀਆਂ ਬਹੁਤ ਜ਼ਿਆਦਾ ਡਿਸਕਾਊਂਟ ਦਿੰਦੇ ਇੱਥੇ ਫਿਰ ਤੁਸੀਂ ਇੱਥੇ इजीली ਆ ਸਕਦੇ ਹੋ ਜੀ ਤਾਂ ਬਿਲਕੁਲ ਅੰਦਰ ਨੂੰ ਜਾਣਾ ਇਹ ਸਾਰੀ ਸ਼ਵਾਨੀ ਬਿਲਡਿੰਗ ਰੋੜੀ ਹੈ ਮੀਨਸ ਮਾਰਕੀਟ ਹੀ ਹੈ ਸਾਰੀ ਅੱਜ ਸੰਡੇ ਹੈ ਇਸ ਕਰਕੇ ਸਾਰੀਆਂ ਸ਼ਾਪਸ ਬੰਦ ਹੈ ਆਦਰਵਾਇਜ਼ ਇਹ ਸਾਰੀਆਂ ਸ਼ਾਪਸ ਸੰਡੇ ਤੋਂ ਇਲਾਵਾ ਸਾਰੇ ਦਿਨ ਖੁੱਲੀਆਂ ਹੁੰਦੀਆਂ ਆਏ ਤੁਸੀਂ ਜਦ ਮਰਜ਼ੀ ਆਓ ਜੀ ਤਾਂ ਅਸੀਂ ਹੁਣ ਆ ਗਏ ਆ ਜੀ ਸਮਰਾਲਾ ਚੌਂਕ ਸਾਈਡ ਇਹ ਵਾਲੀ ਮਾਰਕੀਟ ਵੀ ਬਹੁਤ ਵੱਡੀ ਹੈ ਲੁਧਿਆਣੇ ਦੀ ਬਹੁਤ ਤਗੜੀ ਮਾਰਕੀਟ ਹੈ ਇੱਕ ਮਾਰਕੀਟ ਵਿੱਚ ਤੁਹਾਨੂੰ ਕਾਫੀ ਮੀਨਸ ਇੱਥੇ ਸਮਾਨ ਮਿਲ ਜਾਵੇਗਾ ਇਹ ਜੀ ਸਮਰਾਲਾ ਚੌਂਕ ਦੇ ਨਾਲ ਸ਼ਿੰਗਾਰ ਸਿਨੇਮਾ ਹੈ ਬਹੁਤ ਪੁਰਾਣਾ ਸਿਨੇਮਾ ਹੈ ਲੁਧਿਆਣੇ ਦਾ ਇਹ ਇਹਦੀ ਬਿਲਡਿੰਗ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇਸ ਇਹ ਸਿਨੇਮਾ ਕਿੰਨਾ ਜ਼ਿਆਦਾ ਪੁਰਾਣਾ ਹੈ ਤੇ ਸ਼ਿੰਗਾਰ ਸਿਨੇਮਾ ਕਰਕੇ ਇਸ ਦਾ ਨਾਮ ਹੈ ਬਿਲਕੁਲ ਸਮਰਾਲੇ ਚੌਂਕ ਦੇ ਨਾਲ ਹੀ ਹੈ ਤੇ ਇਸ ਸਮਰਾਲੇ ਚੌਂਕ ਵਾਲੀ ਮਾਰਕੀਟ ਵਿੱਚ ਤੁਹਾਨੂੰ ਲੱਕੜੀ ਦੇ ਜਿਵੇਂ ਫਰਨੀਚਰ ਦਾ ਕੋਈ ਕੰਮ ਦਰਵਾਜ਼ੇ ਬੈੱਡ ਮੰਦਰ ਵਗੈਰਾ ਸੋਫੇ ਵਗੈਰਾ ਸਾਰੇ ਆ ਬਣਾਣੇ ਕਿਸੇ ਨੇ ਜਾਂ ਕਿਸੇ ਨੇ ਲੈਣੇ ਤਾਂ ਤੁਹਾਨੂੰ ਇਸ ਮਾਰਕੀਟ ਵਿੱਚ ਬਹੁਤ इजीली ਮਿਲ ਜਾਣਗੇ ਕਿਉਂਕਿ ਇਹ ਬਹੁਤ ਸਿੱਧੀ ਹੋਈ ਮਾਰਕੀਟ ਹੈ ਬਹੁਤ ਬੜੀ ਮਾਰਕੀਟ ਹੈ ਸਮਰਾਲਾ ਚੌਂਕ ਦੇ ਨਾਲ ਹੀ ਹੈ ਬਿਲਕੁਲ ਤੇ ਅੱਗੇ ਜਾ ਕੇ ਇਹੀ ਰੋਡ ਜਾ ਕੇ ਇੱਥੇ ਕਵਾੜੀ ਮਾਰਕੀਟ ਵੀ ਕਿਹਾ ਜਾਂਦਾ ਹੈ ਇਹਨੂੰ ਜਿੱਥੇ ਕੀ ਗੱਡੀਆਂ ਗੱਡੀਆਂ ਦੇ ਸੈਕੰਡ ਹੈਂਡ ਪਾਰਟਸ ਮਿਲਦੇ ਹਨ ਜੀ ਇਹ ਸਾਰੀ ਦੀ ਸਾਰੀ ਮਾਰਕੀਟ ਮੀਨਸ ਉਹਰੇ ਦੋ ਤਿੰਨ ਵੈਰਾਈਟੀ ਮਿਲ ਜਾਂਦੀ ਜਿਵੇਂ ਫਰਨੀਚਰ ਦਾ ਕੰਮ ਹੋਇਆ ਗੱਡੀਆਂ ਦੇ ਸੈਕੰਡ ਹੈਂਡ ਪਾਰਟਸ ਵੀ ਮਿਲ ਜਾਂਦੇ ਇਹ ਬਿਲਕੁਲ ਸਮਰਾਲੇ ਚੌਂਕ ਦੇ ਨਾਲ ਮਾਰਕੀਟ ਹੈ ਜੀ ਤਾਂ ਇਹ ਮੋਜਪੁਰਾ ਸਾਈਡ ਤੋਂ ਅਗਰ ਅਸੀਂ ਅੰਦਰ ਨੂੰ ਆਈਏ ਨਾ ਸੀਐਮਸੀ ਵਾਲੀ ਕੀ ਰੋਡ ਜਾਂਦੀ ਸਿੱਧੀ ਤਾਂ ਇਹੋ ਹੀ ਰੋਡ ਆ ਦੇਖੋ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਫਰਨੀਚਰ ਦੀਆਂ ਦੁਕਾਨਾਂ ਕਾਫੀ ਸਾਰੀਆਂ ਦੁਕਾਨਾਂ ਔਰ ਆਮਣੇ ਸਾਹਮਣੇ ਇਹ ਤਾਂ ਇੱਥੇ ਸਾਰੇ ਬੈੱਡ ਅਲਮਾਰੀਆਂ ਮੀਨਸ ਕੁਝ ਵੀ ਲੱਕੜ ਦਾ ਸਮਾਨ ਲੈਣਾ ਇੱਥੇ ਬਹੁਤ ਈਜ਼ੀਲੀ ਆਰਾਮ ਨਾਲ ਮਿਲ ਜਾਂਦਾ ਹੈ ਜੀ ਤਾਂ ਅੱਜ ਉਹ ਹੀ ਸ਼ਾਪਸ ਅੱਜ ਸੰਡੇ ਕਰਕੇ ਥੋੜੀਆਂ ਜੀਆਂ ਬੰਦ ਹੈ ਅਗਰ ਤੁਸੀਂ ਸਮਾਨ ਖਰੀਦਣ ਆਉਂਦੇ ਹੋ ਤਾਂ ਲੁਧਿਆਣਾ ਵਿੱਚ ਕੋਸ਼ਿਸ਼ ਕਰੋ ਕਿ ਸੰਡੇ ਨੂੰ ਨਾ ਆਓ ਸੰਡੇ ਤੋਂ ਇਲਾਵਾ ਆਓ ਤਾਂ ਇਹ ਵਾਲੀ ਮਾਰਕੀਟ ਕਬਾੜੀ ਮਾਰਕੀਟ ਦੇ ਨਾਮ ਨਾਲ ਜਾਣੀ ਜਾਂਦੀ ਹੈ ਸਮਰਾਲੇ ਚੌਕ ਦੇ ਨਾਲ ਲੁਧਿਆਣੇ ਵਿੱਚ ਤੇ ਇੱਥੇ ਗੱਡੀਆਂ ਦੇ ਸੈਕੰਡ ਹੈਂਡ ਪਾਰਟ ਮਿਲਦੇ ਹਨ ਜੀ ਤੇ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਲੁਧਿਆਣੇ ਦੇ ਵਧੀਆ-ਵਧੀਆ ਬਾਜ਼ਾਰ ਦੱਸ ਸਕੀਏ ਤੇ ਆਪਣੇ ਸਵਾਲ ਤੁਸੀਂ ਕਮੈਂਟ ਬਾਕਸਾਂ ਵਿੱਚ ਪੁੱਛ ਸਕਦੇ ਹੋ ਜੀ ਤਾਂ ਰੋਜੀ ਅਗਲੀ ਵੀਡੀਓ ਵਿੱਚ ਮਿਲ ਜਾਈਏ ਤਦ ਤੱਕ ਸਸਕਾਲਾ